जिथे मतलब पहला ताड़ी कोई गलबात नहीं पुछ पड़ताल नहीं हो रही सी महकमे वालों मुलाजम होर सीगे उन्हां दा रिकॉर्ड सानू सोमवार नूं पेश कर। ओह गैस जाए हुंदा जो 29 पुलिस एक्ट दे विच इह हुंदा वी महकमा मेरी वध तों वध 3 महीने तनखाह कट सकदा जां ट्रायल सजा दे सकदा वा। महकमे ने उही इनक्वायरी करके मैनूं डिसमिस करता सर। नहीं सिर्फ 34 दिन की गैर हाजिरी ते डिसमिस करता। हाँ जी हाँ जी सर। वो पहली बारी 20 साल बाद उन्होंने कल महकमा मेरे केस दे विच अपील होया जी। 20 साल जिन्होंने बात नहीं पूछी ताडे मन च हले भी रिस्पैक्ट है। हाँ जी हाँ जी मतलब कल पेश हो गए अपनी खबर तो बाद 2 तरीक। हाँ सर क्योंकि मेरा जगराऊं एरिया सी मेरा इलाका सी मैं वो परिवार वांगू उत्थे ड्यूटी कीती है 5-6 साल। मैं सरकार करता है जी अफसरां दा वी जिहड़े कल मेरे नाल बह के मेरी मैनेजमेंट जिहड़ी एससी कमीशन साहब दे बह के उन्होंने वधिया मेरे हक दे विच दीआं गल्लां कीतीआं ने। कारण सोचे की कारण है ताडे नाल डिबडी की मेरे नाल सर जाति तौर ते रंजस होई आ इह जाति तौर ਤੇ ਜਦ 5 ਬੰਦੇ ਹੋਰ ਸੀਗੇ ਉਹਨਾਂ ਨੂੰ ਵੀ ਸਟੈਨੋ ਸਾਹਿਬ ਡਿਸਮਿਸ ਕਰਾ ਸਕਦੇ ਸੀ ਸਤਨਾਮ ਸਿੰਘ। ਉਹਨਾਂ ਨੂੰ ਕਿਉਂ ਨਹੀਂ ਕਰਾਇਆ ਗਿਆ ਉਹ ਜਨਰਲ ਕਾਸਟ ਦੇ ਬੰਦੇ ਸੀਗੇ ਤੇ ਇਹਦਾ ਮਤਲਬ ਤੋਲ ਮੋੜ ਕਰਕੇ ਉਹਨਾਂ ਨੂੰ ਔਨ ਡਿਊਟੀ ਕੀਤਾ ਗਿਆ ਮੈਨੂੰ ਡਿਸਮਿਸ ਕੀਤਾ ਗਿਆ। ਉਹ ਹੁਣ ਮੈਂ ਸੋਮਵਾਰ ਫੇਰ ਜਾ ਰਿਹਾ ਡੀਜੀਪੀ ਆਫਿਸ ਦੇ ਵਿੱਚ ਉਹ ਸਾਰਾ ਰਿਕਾਰਡ ਮੈਂ ਇਕੱਠਾ ਚ ਕਰ ਰਿਹਾ ਮੈਂ ਸੋਮਵਾਰ ਮੈਂ 11 ਵਜੇ ਪੇਸ਼ ਹੋ ਕੇ ਦੇ ਕੇ ਆਉਣਾ ਸੁਪਰਡੈਂਟ ਸਾਹਿਬ ਨੂੰ। ਤੁਹਾਨੂੰ ਐ ਨਹੀਂ ਲੱਗਦਾ ਵੀ ਇੰਨੇ ਸਾਲਾਂ 'ਚ ਇੱਕ ਬਦਲਾਅ ਆਇਆ ਜਿਵੇਂ ਮਾਨ ਸਰਕਾਰ ਆਈ ਹੈ ਤੁਹਾਨੂੰ ਉਮੀਦ ਤਾਂ ਜਾਗੀ ਇੱਕ ਸਰ ਪੂਰਾ 100% ਕੀ ਹੋਇਆ ਜੀ ਕੱਲ ਹੌਸਲਾ ਮੈਨੂੰ ਪਰ ਮੈਨੂੰ ਬਸ ਇੱਕ ਦਿਮਾਗ 'ਚ ਮੇਰੇ ਤੇ ਟੈਨਸ਼ਨ ਇਹ ਆ ਵੀ ਮੈਨੂੰ ਆਰਡਰ ਇਹ ਮੇਰੇ ਮਹਿਕਮਾ ਨੂੰ ਜੁਆਇਨ ਕਰਾ ਲਵੇ ਵੀ ਤੇ ਜੁਆਇਨ ਕਰਾਉਣ ਤੋਂ ਪਹਿਲਾਂ ਮੈਨੂੰ ਕਿਤੇ ਆਤਮ ਹੱਤਿਆ ਨਾ ਕਰਨੀ ਪੈ ਜਾਵੇ ਵੀ ਮੈਨੂੰ ਇਹ ਕੇਸ ਦੇ ਵਿੱਚ ਟਾਰਗੇਟ ਜ਼ਿਆਦਾ ਕੀਤਾ ਜਾ ਰਿਹਾ ਮਹਿਕਮੇ ਵੱਲੋਂ। ਸਰ ਉਹ ਮੈਂ ਪਰੇਸ਼ਾਨ ਬਹੁਤ ਹਾਂ ਮੇਰੀ ਘਰ ਦੀ ਹਾਲਾਤ ਦੇਖੋ ਮੇਰੇ ਬੱਚੇ ਵੀ ਹੋਣ ਬਈ ਬੜੀ ਕੁੜੀ 21 ਸਾਲ ਦੀ ਆ ਮੈਂ ਕਿੱਥੇ ਜਾਵਾਂ ਜੀ ਦੱਸੋ ਮੈਨੂੰ ਸਾਡੇ ਸਾਡਾ ਜਿਹੜਾ ਐਸਸੀ ਬੰਦੇ ਨੇ ਸਾਡੇ ਪੰਜਾਬ ਪੁਲਿਸ ਪੀੜਤ ਕਮੇਟੀ ਦੇ ਵਿੱਚ ਉਹਨਾਂ ਦੇ ਬੱਚੇ ਵਿਆਹਣ ਵਾਲੇ ਆ ਉਹ ਵਿਚਾਰੇ ਕਿੱਥੇ ਜਾਣ ਜੀ ਦੱਸੋ ਕਿ ਅਸੀਂ ਸੜਕਾਂ ਤੇ ਆਏ ਬੈਠੇ ਹਾਂ। ਜਸਵੀਰ ਜੀ ਕੀ ਹਾਲ ਚਾਲ ਹੈ ਤੁਹਾਡਾ ਏਵਨ ਮੀਡੀਆ ਤੇ ਸਵਾਗਤ ਹੈ ਇੱਕ ਵਾਰੀ ਫੇਰ। ਸਰ ਸਤਿ ਸ੍ਰੀ ਅਕਾਲ ਜੀ ਮੈਂ ਧੰਨਵਾਦ ਕਰਦਾ ਏਵਨ ਮੀਡੀਆ ਦਾ ਜਿਨ੍ਹਾਂ ਨੇ ਮੇਰੀ ਜਿਹੜੀ ਪਹਿਲਾਂ ਖਬਰ ਪਾਈ ਆ ਬਹੁਤ ਸੋਹਣੀ ਪਾਈ ਆ ਜੀ ਵਧੀਆ ਮੈਨੂੰ ਮਤਲਬ ਉਹਦਾ ਸਮਾਚਾਰ ਮਿਲਿਆ ਮਹਿਕਮੇ ਵੱਲੋਂ ਕੱਲ ਮੇਰੀ 2-9 ਤਰੀਕ ਸੀਗੀ ਮਾਨਯੋਗ ਐਸਸੀ ਕਮਿਸ਼ਨ ਸਾਹਿਬ ਦੇ। ਅੱਛਾ ਜਿੱਥੇ ਮਤਲਬ ਪਹਿਲਾਂ ਤੁਹਾਡੀ ਕੋਈ ਗੱਲਬਾਤ ਨਹੀਂ ਪੁੱਛ ਪੜਤਾਲ ਨਹੀਂ ਹੋ ਰਹੀ ਸੀ ਮਹਿਕਮੇ ਵੱਲੋਂ ਜਦੋਂ ਸਰ ਡਿਸਮਿਸ ਹੋਏ ਹੋ ਤੇ ਇੱਕ ਪਰਿਵਾਰ ਤੁਹਾਡਾ ਤੁਸੀਂ ਆਪ ਧੱਕੇ ਖਾਂਦੇ ਫਿਰ ਰਹੇ ਹੋ ਉਹ ਗੱਲਬਾਤ ਅਸੀਂ ਲੋਕਾਂ ਤੱਕ ਪਹੁੰਚਾਈ ਵੀ ਇੱਕ ਮਰਨ ਦੀ ਨੌਬਤ ਆਈ ਪਈ ਹੈ ਇੱਕ ਮੁਲਾਜ਼ਮ ਨੂੰ। ਹਾਂਜੀ ਸਰ ਹੁਣ ਹੁਣ ਕੀ ਉਹਦੇ ਉਸ ਤੋਂ ਬਾਅਦ ਖਬਰ ਵੀ ਚੱਲ ਗਈ ਲੋਕਾਂ ਤੱਕ ਪਹੁੰਚ ਗਈ ਹੁਣ ਕੀ ਖਬਰ ਤੋਂ ਬਾਅਦ ਇੱਕ ਨਵਾਂ ਜਿਹੜਾ ਡਿਸੀਜਨ ਪੈਦਾ ਹੋਇਆ ਵਾ ਮਹਿਕਮੇ ਨੇ ਇੱਕ ਡਿਸੀਜਨ ਲੈ ਲਿਆ ਵੀ ਜਿਹੜੇ ਤੇਰੇ ਨਾਲ ਦੇ ਕੱਲ ਮਾਨਯੋਗ ਡੀਜੀਪੀ ਦਫ਼ਤਰ ਵੱਲੋਂ ਇੱਕ ਸੁਪਰਡੈਂਟ ਜੀ ਤੇ ਇੱਕ ਉਹਨਾਂ ਨਾਲ ਅਸਿਸਟੈਂਟ ਸੀਗੇ ਮੈਡਮ ਜੀ ਅਸਿਸਟੈਂਟ ਸੀਗੇ ਸੁਪਰਡੈਂਟ ਦੇ ਨਾਲ। ਹਾਂਜੀ ਹਾਂਜੀ ਉਹ ਪੈਦਾ ਮਤਲਬ ਕਿ ਉਹ ਪੇਸ਼ ਹੋਏ ਨੇ ਤੇ ਨਾਲ ਸਾਡੇ ਜਗਰਾਉਂ ਪੁਲਿਸ ਵਾਲੇ ਵੀ ਸਟੈਨੋ ਸਾਹਿਬ ਐਸਪੀ ਦੇ ਸਰਦਾਰ ਜਗਤਾਰ ਸਿੰਘ ਜੀ ਮੈਂ ਇੱਜ਼ਤ ਕਰਦਾ ਉਹਨਾਂ ਦੀ ਮੇਰੇ ਸਤਿਕਾਰਯੋਗ ਅਫਸਰ ਸੀਗੇ ਤੇ ਉਹ ਪਹਿਲੀ ਵਾਰੀ 20 ਸਾਲ ਬਾਅਦ ਉਹਨਾਂ ਨੇ ਕੱਲ ਮਹਿਕਮਾ ਮੇਰੇ ਕੇਸ ਦੇ ਵਿੱਚ ਅਪੀਲ ਹੋਇਆ ਜੀ। ਵਾਹ ਜੀ ਵਾਹ ਤੁਸੀਂ 20 ਸਾਲ ਜਿਨ੍ਹਾਂ ਨੇ ਬਾਤ ਨਹੀਂ ਪੁੱਛੀ ਤੁਹਾਡੇ ਮਨ 'ਚ ਹਲੇ ਵੀ ਰਿਸਪੈਕਟ ਹੈ। ਹਾਂਜੀ ਹਾਂਜੀ ਮਤਲਬ ਕੱਲ ਪੇਸ਼ ਹੋ ਗਏ ਆਪਣੀ ਖਬਰ ਤੋਂ ਬਾਅਦ 2 ਤਰੀਕ। ਹਾਂ ਸਰ ਕਿਉਂਕਿ ਮੇਰਾ ਜਗਰਾਉਂ ਏਰੀਆ ਸੀ ਮੇਰਾ ਇਲਾਕਾ ਸੀ ਮੈਂ ਉਹ ਪਰਿਵਾਰ ਵਾਂਗੂ ਉੱਥੇ ਡਿਊਟੀ ਕੀਤੀ ਆ 5-6 ਸਾਲ। ਮੈਂ ਸਤਿਕਾਰ ਕਰਦਾ ਹਜੇ ਅਫਸਰਾਂ ਦਾ ਵੀ ਜਿਹੜੇ ਕੱਲ ਮੇਰੇ ਨਾਲ ਬਹਿ ਕੇ ਮੇਰੀ ਮੈਨੇਜਮੈਂਟ ਜਿਹੜੀ ਐਸਸੀ ਕਮਿਸ਼ਨ ਸਾਹਿਬ ਦੇ ਬਹਿ ਕੇ ਉਹਨਾਂ ਨੇ ਵਧੀਆ ਮੇਰੇ ਹੱਕ ਦੇ ਵਿੱਚ ਦੀਆਂ ਗੱਲਾਂ ਕੀਤੀਆਂ ਨੇ ਪਰ ਉੱਥੇ ਇੱਕ ਗੱਲ ਕੱਲ ਨਵੀਂ ਪੈਦਾ ਹੋਰ ਹੋ ਗਈ ਆ। ਉਹ ਸਰ ਇਹ ਸੀ ਵੀ ਸਾਡੇ ਨਾਲ ਜਿਹੜਾ 29 ਪੁਲਿਸ ਐਕਟ ਦੇ ਅਲੱਗ ਅਲੱਗ ਕਲੰਦਰੇ ਦਰਜ ਹੋਏ ਸੀਗੇ ਜੀ 5-6 ਮੁਲਾਜ਼ਮ 7 ਮੁਲਾਜ਼ਮਾਂ ਤੇ ਜਿਨ੍ਹਾਂ ਦੇ ਵਿੱਚੋਂ ਸਰ ਇੱਕ ਬੰਦੇ ਦੀ ਮੌਤ ਹੋ ਚੁੱਕੀ ਆ ਜਿਹੜੇ 5 ਬੰਦੇ ਸੀਗੇ ਉਹਨਾਂ ਦੀ ਕੋਈ ਇਨਕੁਆਇਰੀ ਡਿਪਾਰਟਮੈਂਟ ਨਹੀਂ ਹੋਈ ਹੈਗੀ ਨਾ ਉਹਨਾਂ ਨੂੰ ਮਹਿਕਮਾ ਡਿਸਮਿਸ ਕੀਤਾ। ਉਹ ਜੌਬ ਕਰ ਰਹੇ ਉਹ ਬੰਦੇ ਜੌਬ ਕਰ ਰਹੇ ਨੇ ਹੋ ਸਕਦਾ ਉਹਨਾਂ ਵਿੱਚੋਂ ਪੈਨਸ਼ਨ ਵੀ ਲੈ ਗਏ ਹੁਣ ਮਤਲਬ ਉਹੀ 29 ਪੁਲਿਸ ਐਕਟ ਦੇ ਤਹਿਤ ਉਹਨਾਂ ਤੇ ਸੀ ਕਾਰਵਾਈ। ਹਾਂਜੀ ਸਰ ਤੇ ਇੱਕ ਮੈਂ ਜਸਵੀਰ ਸਿੰਘ ਨੰਬਰ 551 ਜਗਰਾਉਂ ਜਿਹਨੂੰ ਮੈਨੂੰ ਹਲਵਾਰਾ ਕਹਿ ਕੇ ਲੋਕ ਬੁਲਾਉਂਦੇ ਸੀ ਸਤਿਕਾਰਯੋਗ ਹਲਵਾਰਾ ਕਹਿੰਦੇ ਸੀਗੇ ਹਲਵਾਰਾ ਸਾਹਿਬ ਜੀ ਠੀਕ ਆ ਜੀ ਤੇ ਅੱਜ ਹਲਵਾਰਾ ਸਾਹਿਬ ਤਾਂ ਹੈ ਨਹੀਂਗਾ ਹਲਵਾਰਾ ਪਿੰਟ ਦਾ ਹੈਗਾ ਜਰੂਰ ਪਰ ਸਾਹਿਬ ਹੈ ਨਹੀਂਗਾ ਸਾਹਿਬ ਕੱਟਿਆ ਗਿਆ ਕਿਉਂਕਿ ਮੈਂ ਡਿਫਾਲਟਰ ਇਹਨਾਂ ਨੇ ਮਹਿਕਮੇ ਡਿਫਾਲਟਰ ਕਰਤਾ ਮੈਨੂੰ ਜਮਾਂ ਹੀ ਠੀਕ ਆ ਜੀ ਡਿਫਾਲਟਰ ਤਾਂ ਕਹਿਣਾ ਵੱਖਰੀ ਗੱਲ ਆ ਤੁਹਾਨੂੰ ਤਾਂ ਕੱਢ ਹੀ ਦਿੱਤਾ ਮਹਿਕਮੇ ਨੇ 20-40 ਰੋਲ ਕੇ ਰੱਖਤਾ ਪਰਿਵਾਰ ਤੁਹਾਡਾ ਬੱਚੇ ਹਾਂਜੀ ਸਿਆਣੇ ਹੋ ਗਏ ਵਿਆਹਣ ਵਾਲੇ ਹੋ ਗਏ ਤੇ ਮੈਂ ਤਾਂ ਸਰ ਮਹਿਕਮੇ ਦੇ ਵਿੱਚੋਂ ਬਾਹਰ ਰਹਿ ਕੇ ਵੀ
ਪੰਜਾਬ ਦੀ ਐਂਟੀ ਕ੍ਰਾਈਮ ਐਟਰੋਫਿਟੀ ਪੰਜਾਬ ਦੀ ਮੇਨ ਬ੍ਰਾਂਚ ਨਾਲ ਜੁੜਿਆ ਐਚਐਸ ਰੰਗਾ ਸਾਹਿਬ ਨਾਲ ਚੰਡੀਗੜ੍ਹ। ਜੀ ਮੈਂ ਥਾਣਾ ਸੁਧਾਰ ਦੇ ਮੁੱਖ ਮੁਨਸ਼ੀ ਨੂੰ ਉਸੇ ਥਾਣੇ ਰਾਜ ਦੀ ਹਵਾਲੇ ਚ ਬੰਦ ਕਰਾਉਣ ਵਾਲਾ ਬੰਦਾ ਸੀਗਾ। ਓਕੇ ਠੀਕ ਆ ਜੀ। ਲੁਧਿਆਣੇ ਦੇ ਦੋ ਲੈਕਚਰਹਾਰ ਕਹਾਣੀ ਦਾ ਪਰਦਾ ਸਾਫ਼ ਕਰਨ ਵਾਲਾ ਬੰਦਾ ਸੀਗਾ, ਜਿਹੜੇ ਮੈਂ ਅਲਫ ਨੰਗੇ ਚੁਕਾ ਕੇ ਲਿਆ ਸੀ ਲੁਧਿਆਣੇ ਤੋਂ ਥਾਣਾ ਸੁਧਾਰ ਦੇ ਵਿੱਚ ਹੀ। ਮਤਲਬ ਬੰਦੇ ਨੂੰ ਆਪਣੇ ਮਹਿਕਮੇ ਦਾ ਇੱਕ ਹੇਜ ਨਹੀਂ ਜਾਂਦਾ ਔਰ ਰਿਸਪੈਕਟ ਨਹੀਂ ਜਾਂਦੀ। ਤੁਸੀਂ 20 ਸਾਲਾਂ ਤੋਂ ਬਾਹਰ ਵੀ ਹੋਗੇ ਮਹਿਕਮੇ 'ਚ, ਫਿਰ ਵੀ ਰਿਸਪੈਕਟ ਕੀਤੀ ਮਹਿਕਮੇ ਦੀ, ਕੀਤੀ ਹੁਣ ਤੇ ਕੀ ਚਾਹੁੰਦੇ ਐਸਪੀ। ਹੋ? ਹੁਣ ਮੈਂ ਸਰ ਇਹੀ ਕਹਿਣਾ ਵੀ ਇਹਨਾਂ ਨੇ ਕੱਲ ਇੱਕ ਨਵਾਂ ਸਿਸਟਮ ਰੱਖਿਆ ਮਹਿਕਮੇ ਨੇ ਵੀ ਜਿਹੜੇ ਤੇਰੇ ਨਾਲ 5 ਮੁਲਾਜ਼ਮ ਹੋਰ ਸੀਗੇ ਉਹਨਾਂ ਦਾ ਰਿਕਾਰਡ ਸਾਨੂੰ ਸੋਮਵਾਰ ਨੂੰ ਪੇਸ਼ ਕਰ। ਠੀਕ ਆ ਜੀ। ਉਹ ਹੁਣ ਮੈਂ ਸੋਮਵਾਰ ਨੂੰ ਫੇਰ ਮਾਂ ਜੋ ਡੀਜੀਪੀ ਸਾਹਿਬ ਦਫ਼ਤਰ ਜਾਣਾ ਵਾ, ਜਿੰਨੇ 5 ਬੰਦਾ ਰਿਕਾਰਡ ਸੀਗਾ ਉਹ ਸਾਰਾ ਦੇ ਕੇ ਆਉਣਾ। ਹਾਲਾਂਕਿ ਇਹਨਾਂ ਕੋਲ ਰਿਕਾਰਡ ਪਿਆ ਵਾ, ਅੱਛਾ ਫੇਰ ਵੀ ਤਾਂ ਤੋਂ ਮੰਗਵਾ ਰਹੇ ਨੇ ਉਹ ਹੁਣ? ਮੇਰੇ ਤੋਂ ਮੰਗਾ ਰਹੇ ਨੇ, ਕਿਉਂ ਮੰਗਾ ਰਹੇ ਨੇ? ਉਹਨਾਂ ਨੂੰ ਉਹੀ ਆ ਵੀ ਇਹ ਸਾਡੇ ਕੋਲੇ ਰਿਕਾਰਡ ਆਪਦੇ ਹੱਥੀ ਬਾਈ ਹੈਂਡ ਦੇ ਕੇ ਜਾਵੇ ਤਾਂ ਕਿ ਉਹਦੇ ਵਿੱਚੋਂ ਕੋਈ ਨਾ ਕੋਈ ਸੋਲੂਸ਼ਨ ਲੱਭੀਏ। ਹਾਲਾਂਕਿ ਇਹਨਾਂ ਦਾ ਕੱਲ ਮਹਿਕਮੇ ਦਾ ਹੱਕ ਬਣਦਾ ਸੀ ਆਰਡਰ ਦੇਣ ਦਾ, ਮੈਨੂੰ ਹਾਂ ਆਰਡਰ ਦਿੰਦੇ ਉਸੇ ਟਾਈਮ ਆਰਡਰ ਦੇਣ ਦਾ ਕੱਲ ਹੱਕ ਬਣਦਾ ਸੀਗਾ। ਠੀਕ ਆ ਜੀ। ਉਹ ਹੁਣ ਮੈਂ ਸੋਮਵਾਰ ਫੇਰ ਜਾ ਰਿਹਾ ਡੀਜੀਪੀ ਆਫਿਸ ਦੇ ਵਿੱਚ, ਉਹ ਸਾਰਾ ਰਿਕਾਰਡ ਮੈਂ ਇਕੱਠਾ ਚ ਕਰ ਰਿਹਾ ਵਾਂ। ਸੋਮਵਾਰ ਮੈਂ 11 ਵਜੇ ਪੇਸ਼ ਹੋ ਕੇ ਦੇ ਕੇ ਆਉਣਾ ਸੁਪਰਡੈਂਟ ਸਾਹਿਬ ਨੂੰ। ਤੁਹਾਨੂੰ ਐ ਨਹੀਂ ਲੱਗਦਾ ਵੀ ਇੰਨੇ ਸਾਲਾਂ 'ਚ ਇੱਕ ਬਦਲਾਅ ਆਇਆ ਜਿਵੇਂ ਮਾਨ ਸਰਕਾਰ ਆਈ ਹੈ? ਤੁਹਾਨੂੰ ਉਮੀਦ ਤਾਂ ਜਾਗੀ ਹੈ ਕੁਛ? ਸਰ ਪੂਰਾ 100% ਹੀ ਹੋਇਆ ਜੀ ਕੱਲ ਹੌਸਲਾ ਮੈਨੂੰ। ਠੀਕ ਆ। ਪਰ ਮੈਨੂੰ ਬਸ ਇੱਕ ਦਿਮਾਗ ਤੇ ਮੇਰੇ ਤੇ ਟੈਨਸ਼ਨ ਇਹ ਆ ਵੀ ਮੈਨੂੰ ਆਰਡਰ ਇਹ ਮੇਰੇ ਮਹਿਕਮਾ ਮੈਨੂੰ ਜੁਆਇਨ ਕਰਾ ਲਵੇ ਵੀ ਕਿ ਜੁਆਇਨ ਕਰਾਉਣ ਤੋਂ ਪਹਿਲਾਂ ਮੈਨੂੰ ਕਿਤੇ ਆਤਮ ਹੱਤਿਆ ਨਾ ਕਰਨੀ ਪੈ ਜਾਵੇ ਵੀ ਮੈਨੂੰ ਇਹ ਕੇਸ ਦੇ ਵਿੱਚ ਟਾਰਚਰ ਜ਼ਿਆਦਾ ਕੀਤਾ ਜਾ ਰਿਹਾ ਮਹਿਕਮੇ ਵੱਲੋਂ। ਕੋਈ ਮੈਂ ਤੁਹਾਨੂੰ ਪਹਿਲਾਂ ਵੀ ਆਪਣੀ ਗੱਲ ਹੋਈ ਹੈ, ਕੋਈ ਐਸੀ ਸੋਚ ਨਾ ਰੱਖੋ, ਕੋਈ ਆਤਮ ਹੱਤਿਆ ਕਰਨ ਦੀ ਲੋੜ ਨਹੀਂ। ਮੈਂ ਤੁਹਾਨੂੰ ਫਿਰ ਕਹਿ ਰਿਹਾ ਤੁਹਾਡੀ ਗੱਡੀ ਜਿਹੜੀ ਟਰੈਕ ਤੇ ਆਊਗੀ 100% ਆਊਗੀ। ਅਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਆ ਮਾਨ ਸਾਹਿਬ ਤੱਕ ਤੁਹਾਡੀ ਆਵਾਜ਼ ਪਹੁੰਚੇ, ਮਹਿਕਮੇ ਤੱਕ ਪਹੁੰਚੇ, ਤੇ ਹੁਣ ਵੀ ਇੱਥੇ ਆਡੀਓ ਨੂੰ ਹੂ ਬਹੂ ਅਸੀਂ ਚੈਨਲ ਤੇ ਪਾਵਾਂਗੇ। ਤੁਹਾਡਾ ਦੁੱਖ ਦਰਦ ਹੈ ਜਿਹੜਾ ਮਹਿਕਮੇ ਤੱਕ ਵੀ ਪਹੁੰਚੂਗਾ ਤੇ ਸਰਕਾਰ ਤੱਕ ਵੀ ਪਹੁੰਚੂਗਾ। ਸਰ ਦੁੱਖ ਤਾਂ ਇੱਕ ਚੀਜ਼ ਆ ਨਾ ਵੀ ਜਦੋਂ ਕੋਈ ਡੇਟ ਆਉਂਦੀ ਹੈ ਨਵੇਂ ਤੋਂ ਨਵੇਂ ਅਫੀਸਰ ਕੋਈ ਨਾ ਕੋਈ ਆ ਕੇ ਨਵੀਂ ਲੱਤ ਲਾ ਕੇ ਨਵਾਂ ਕੋਈ ਪੈਣ ਆ ਕੇ ਸੈੱਟ ਦਿੰਦਾ। ਜਿਹੜੇ ਜਿਹੜੇ ਪੈਣ ਤੇ ਐਸਸੀ ਕਮਿਸ਼ਨ ਸਾਹਿਬ ਨੇ ਇਹਨਾਂ ਨੂੰ ਕਿਹਾ ਵੀ ਆਹ ਚੀਜ਼ਾਂ ਮੈਨੂੰ ਭਾਈ ਕਲੀਅਰ ਕਰਕੇ ਦਿਓ, ਉਹ ਚੀਜ਼ਾਂ ਦਾ ਕੋਈ ਕਲੀਅਰ ਕਰਦਾ ਨਹੀਂਗਾ, ਲੇਕਿਨ ਕੋਈ ਨਵਾਂ ਸਵਾਲ ਪੈਦਾ ਕਰ ਦਿੰਦੇ ਆ। ਹੁਣ ਉਹਨਾਂ ਨੇ ਕੱਲ ਨਵਾਂ ਸਵਾਲ ਹੋਰ ਪੈਦਾ ਕਰਤਾ ਵੀ 5 ਬੰਦਿਆਂ ਦਾ ਰਿਕਾਰਡ ਦੁਬਾਰੇ ਲੈ ਕੇ ਫੇਰ ਆਓ ਜੀ, ਜਦਕਿ 2017 ਤੋਂ ਹੀ ਮੈਂ ਰਿਕਾਰਡ ਇਹਨਾਂ ਨੂੰ ਮਹਿਕਮੇ ਦੇ ਚੁੱਕਿਆ ਸਾਰਾ ਸਾਰਾ ਰਿਕਾਰਡ ਦੇ ਚੁੱਕਿਆ। ਹੁਣ ਫਿਰ ਤੁਸੀਂ ਕੀ ਸੋਚਿਆ ਵੀ ਰਿਕਾਰਡ ਲੈ ਕੇ ਜਾਣਾ? ਨਹੀਂ ਸਰ, ਮੈਂ ਜਦ ਮੇਰੀ ਡਿਊਟੀ ਲੱਗੀ ਸਰ ਮੈਨੂੰ ਐਸਸੀ ਕਮਿਸ਼ਨ ਸਾਹਿਬ ਦਾ ਹੁਕਮ ਆ ਵੀ ਤੈਂ ਜਾਣਾ ਸੋਮਵਾਰ ਪੇਸ਼ ਹੋ ਕੇ ਤੈਂ ਰਿਕਾਰਡ ਦੇ ਕੇ ਆਉਣਾ ਵਾ। ਠੀਕ ਆ ਜੀ। ਤੁਹਾਨੂੰ ਉਪਲਬਧ ਹੋ ਗਿਆ? ਹਾਂ, ਉਹ ਮੇਰੇ ਕੋਲੇ ਪਿਆ ਸਰ, ਮੈਂ ਉਹਦੀਆਂ ਫੋਟੋ ਕਾਪੀਆਂ ਦੇ ਕੇ ਆਉਣੀਆਂ ਨੇ ਸੱਚ। ਆਪਣੇ ਜਿਹੜੇ 4-5 ਮੁਲਾਜ਼ਮ ਨਾਲ ਸੀਗੇ ਜਿਨ੍ਹਾਂ ਤੇ 29 ਵਜੇ ਕਲਾਂ ਦੇ ਦਰਜ ਹੋਏ ਨੇ। ਕਿਹੜੇ ਅਫਸਰ ਨੇ ਤੁਹਾਨੂੰ ਇਹ ਕਿਹਾ? ਕਿਹੜੇ ਅਫਸਰ ਦੇ ਤੁਸੀਂ ਪੇਸ਼ ਹੋ ਰਹੇ ਹੋ? ਮੈਂ ਮਾਨਚੰਦ, ਮੈਂ ਕੱਲ ਨੂੰ ਸੋਮਵਾਰ ਨੂੰ ਡੀਜੀਪੀ ਆਫਿਸ ਜਾਣਾ ਜੀ, ਉੱਥੇ ਸੁਪਰਡੈਂਟ ਸਾਹਿਬ ਨੇ ਤੇ ਉਹਨਾਂ ਨੇ ਰਿਕਾਰਡ ਮੰਗਿਆ ਮੇਰੇ ਤੋਂ ਵੀ ਇਹ 5 ਬੰਦਿਆਂ ਦਾ ਰਿਕਾਰਡ ਸਾਰਾ ਕਲੀਅਰ ਕਰਕੇ ਲੈ ਕੇ ਆ। ਡੀਜੀਪੀ ਸਾਹਿਬ ਦਾ ਹੁਕਮ ਹੋਣਾ ਉਹਨਾਂ ਨੂੰ ਇਹਦਾ ਮਤਲਬ? ਉਹ ਹਾਂ, ਹਾਂ ਉਹ ਤਾਂ ਸੀਨੀਅਰ ਅਫਸਰ ਦਾ ਹੁਕਮ ਸੀਗਾ ਜੀ, ਤਾਂ ਹੀ ਉਹਨਾਂ ਨੇ ਕਿਹਾ ਵਾ ਡੀਜੀਪੀ ਆਫਿਸ ਸੁਪਰਡੈਂਟ। ਹਾਂਜੀ, ਇਹਦਾ ਮਤਲਬ ਕੋਈ ਇੱਥੋਂ ਲੈਣ ਤੋਂ ਇਹ ਪਤਾ ਲੱਗ, ਇੱਕ ਕੰਮ ਤੋਂ ਇਹ ਪਤਾ ਲੱਗਦਾ ਵੀ ਕੁਛ ਅੱਗੇ ਕੁਛ ਮੈਨੂੰ ਚਾਨਣਾ ਮਿਲ ਰਿਹਾ ਵੀ ਮੈਨੂੰ ਕੋਈ ਸੁਭਾਵਨਾ ਹੈ ਵੀ ਮੇਰੇ ਆਰਡਰ ਹੋ ਜਾਣਗੇ ਥੋੜੇ ਦਿਨਾਂ ਤੱਕ ਜੀ। ਚਲੋ, ਕੋਸ਼ਿਸ਼ ਹੈ ਤੁਹਾਡੀ ਆਵਾਜ਼ ਅਸੀਂ ਪਹੁੰਚਾਵਾਂਗੇ, ਤੁਹਾਡੀ ਇਕੱਲਿਆਂ ਦੀ ਨਹੀਂ, ਹੋਰ ਵੀ ਕਿਸੇ ਮੁਲਾਜ਼ਮ ਨਾਲ ਜਾਂ ਕਿਸੇ ਵੀ ਕਿਸਮ ਦਾ ਸਰਕਾਰੀ ਮੁਲਾਜ਼ਮ ਨਾਲ। ਹਰ ਜਗ੍ਹਾ ਤੇ ਲੋਕ ਪਿੱਟਦੇ ਨੇ ਸਰਕਾਰੀ ਅਦਾਰੇ ਮਾੜੇ ਨੇ, ਏਦਾਂ ਨੇ ਏਦਾਂ ਨੇ, ਪਰ ਅਸੀਂ ਪਹਿਲੀ ਵਾਰ ਦੇਖਿਆ। ਕਈ ਵਾਰ ਪੁਲਿਸ ਦੀਆਂ ਖਬਰਾਂ ਚਲਾਈਆਂ, ਪੁਲਿਸ ਵਾਲਿਆਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਅਧਿਕਾਰੀਆਂ ਨੂੰ ਵੀ, ਉਹ ਕਿਵੇਂ ਉੱਥੇ ਫਾਈਲਾਂ ਲੈ ਕੇ ਜਾਂਦੇ ਨੇ, ਕੀ ਕੁਛ ਕਰਦੇ ਨੇ, ਕਿੰਨੀਆਂ ਮਜਬੂਰੀਆਂ ਨੇ, ਥਾਣੇ ਕਿਵੇਂ ਚੱਲਦੇ ਨੇ, ਉਹ ਸਭ ਕੁਛ ਅਸੀਂ ਦਿਖਾਇਆ। ਤੁਹਾਡੇ ਵਰਗੇ ਮੁਲਾਜ਼ਮ ਜਲੰਧਰ ਤੋਂ KSI ਸੀ, ਬੜਾ ਛੁੱਟੀ ਬਦਲੇ, ਉਹਨੂੰ ਪੈਸੇ ਦੇਣੇ ਪਏ, ਰੋ ਰੋ ਕੇ ਉਹਨੇ ਆਪਣੀ ਕਹਾਣੀ ਦੱਸੀ ਜਦੋਂ ਕਿ ਉਹਦੇ ਫਾਦਰ ਸਾਹਿਬ ਪੂਰੇ ਹੋ ਗਏ ਸੀ। ਇਸੇ ਤਰ੍ਹਾਂ ਚੌਧਰੀ ਕਿਸ਼ਨ ਲਾਲ ਨੇ ਜਦੋਂ ਸ਼ੁਰੂ ਤੋਂ ਉਹਨਾਂ ਨੇ ਰੋ ਰੋ ਕੇ ਸਾਡੇ ਕੋਲ ਆਪਣੀ ਕਹਾਣੀ ਦੱਸੀ। ਚਲੋ, ਮਹਿਕਮੇ ਨੇ ਉਹਦੀ ਬਾਂਹ ਨਹੀਂ ਫੜੀ, ਪਰ ਲੋਕਾਂ ਨੇ ਉਹਦੀ ਬਾਂਹ ਫੜੀ। ਅੱਜ ਲੋਕਾਂ ਦੀ ਵਧੀਆ ਉਹਨਾਂ ਦਾ ਨਾਂ ਹੈ ਜੇ ਮਦਦ ਲੋਕਾਂ ਦੀ ਕਰਦੇ ਨੇ। ਇਸੇ ਤਰ੍ਹਾਂ ਤੁਹਾਡੀ ਵੀ ਬਾਂਹ ਮਹਿਕਮਾ 100% ਫੜੂਗਾ। ਜੇ ਕਿਤੇ ਹੋਰ ਵੀ ਜ਼ਰੂਰਤ ਹੋਈ ਕਿਸੇ ਅਫਸਰ ਨਾਲ ਗੱਲਬਾਤ ਕਰਨੀ, ਤੁਸੀਂ ਸਾਨੂੰ ਦੱਸ ਸਕਦੇ। ਸਰ, ਇੱਕ ਬੇਨਤੀ ਜ਼ਰੂਰ ਆ ਵੀ ਜਦੋਂ ਪੰਜਾਬ ਪੁਲਿਸ ਦੇ ਵਿੱਚ ਜਿੰਨੇ ਜਨਰਲ ਕਾਸਟ ਦੇ ਬੰਦੇ ਆ, ਜਿੰਨਾ ਸਾਡਾ ਪੁਲਿਸ ਪੀੜਿਤ ਪਰਿਵਾਰ ਬਣੇ ਆ ਜੀ, ਉਹ ਜ਼ਿਆਦੇ ਲੋਕ ਸਾਡੇ ਜਿਹੜੇ ਪਰਿਵਾਰਕ ਮੈਂਬਰ ਜ਼ਿਆਦੇ SC BC ਬੰਦੇ ਨੇ ਉਹਨਾਂ ਚ ਜੀ। ਦੁੱਖ ਦੇ ਤਾਂ ਗੱਲ ਇਹ ਆ ਵੀ ਸਾਡੇ ਨਾਲ ਜਾਤੀ ਤੌਰ ਤੇ ਵਿਤਕਰਾ ਕੀਤਾ ਜਾਂਦਾ। ਇੱਥੇ ਮੇਰੇ ਨਾਲ SC ਕਮਿਸ਼ਨ ਸਾਹਿਬ ਦੇ ਦੋ ਹੋਰ, ਇੱਕ ਪਿਆਰਾ ਸਿੰਘ SI ਆ, ਕੰਗਰੇਜ ਸਿੰਘ ਆਪਣੇ ASI ਆ, ਹਾਈ ਕੋਰਟ ਦੇ ਵਿੱਚੋਂ ਵੀ ਕੁਆਸ਼ਨ ਹੋਇਆ ਕਿ ਇਸ ਨੂੰ ਜੁਆਇਨ ਨਹੀਂ ਕਰਾ ਰਹੇ ਵਿਚਾਰੇ ਨੂੰ, ਮੇਰਾ ਖਿਆਲ ਮਹੀਨਾ ਡੇਢ ਰਹਿ ਗਿਆ ਉਹਦੇ ਪੈਨਸ਼ਨ ਆਉਣ ਚ। ਅੱਛਾ ਜੀ, ਬੜੇ ਦੁੱਖ ਦੀਆਂ ਗੱਲਾਂ ਨੇ, ਕਰੀਏ ਕੀ ਦੱਸੋ ਜੀ, ਅਸੀਂ ਜਾਈਏ ਕਿੱਧਰ ਨੂੰ? ਸਾਡੀ ਕੋਈ ਬਾਂਹ ਫੜ ਲੇਵੇ, ਸਾਨੂੰ ਕੋਈ ਜਿਵੇਂ
ਥੱਲੇ ਵਾਲੇ ਅਫਸਰ ਕਰ ਰਹੇ ਨੇ, ਜੁਆਇਨ ਕਰਾ ਰਹੇ ਨੇ, ਉਹਨਾਂ ਦੇ ਆਰਡਰ ਲੈ ਕੇ ਅਸੀਂ ਉੱਪਰ ਤੋਂ ਦਿੰਦੇ ਹਾਂ, ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ ਥੱਲੇ ਕੀ ਹੋ ਰਿਹਾ ਵਾ। ਥੱਲੇ ਤੁਹਾਡੇ ਮਹਿਕਮੇ ਦੇ ਜਿਹੜੇ ਅਫਸਰ ਆ ਉਹ ਤੁਹਾਨੂੰ ਬਹਾਲ ਕਰਾਉਣ ਲਈ ਰਾਜੀ ਨੇ? ਨਹੀਂ ਸਰ, ਜਿਹੜੇ ਹੋਰ ਕੀ ਤੁਸੀਂ ਨਾ ਜੁਆਇਨ ਕਰਾਇਆ ਮਹਿਕਮੇ ਨੇ, ਕੁਛ ਮੁਲਾਜ਼ਮ ਨੇ ਜਿਹੜੇ ਓਕੇ ਓਕੇ, ਫਰੀਦਕੋਟ ਪਿੰਡ ਤੁਸੀਂ ਕਹਿੰਦੇ ਹੋ ਵੀ ਇੱਕ ਆਈ ਜੀ ਰੈਂਕ ਦੇ ਅਫਸਰ ਅਧਿਕਾਰੀਆਂ ਨੇ ਬੜੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਹੈ? ਬਹਾਲ ਕੀਤਾ ਹੋਇਆ, ਹਾਂਜੀ ਸਰ, ਜੀ ਸਰ। ਤੇ ਉਹ ਹੁਣ ਜਿਹੜੇ ਉੱਪਰਲੇ ਅਫਸਰ ਆ, ਜਦੋਂ ਅਸੀਂ ਇਹਨਾਂ ਨੂੰ ਲਿਆ ਕੇ ਆਰਡਰ ਦਿਖਾਉਂਦੇ ਹਾਂ, ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਹੈ ਕਿਵੇਂ ਹੋ ਗਿਆ। ਵੀ ਮੈਂ ਤਾਂ ਮਾਣਯੋਗ DGP ਸਾਹਿਬ ਤੇ ਆਪਣੇ CM ਸਾਹਿਬ ਨੂੰ ਵੀ ਬੇਨਤੀ ਕਰਦਾ ਤੇ ਉਹ ਹੋਮ ਸੈਕਟਰੀ ਪੰਜਾਬ ਨੂੰ ਬੇਨਤੀ ਕਰਦਾ ਵੀ ਦੇਖੋ ਉਹ ਥੱਲੇ ਵਾਲੇ ਅਫਸਰ ਬਹਾਲ ਕਰਦੇ ਆ, ਵੀ ਤੁਸੀਂ ਵੀ ਸਾਡੀ ਜਿਹੜੀ ਮਜਬੂਰੀ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਤੁਸੀਂ ਵੀ ਇਹ ਸਾਡੇ ਜਿਹੜੇ ਕੇਸ ਆ ਇਹ ਬਹਾਲ ਕਰੋ, ਸਾਨੂੰ ਵੀ ਬਹਾਲ ਕਰੋ। ਜੀ ਠੀਕ ਆ ਜੀ। ਤੇ ਬਾਰ ਬਾਰ ਤੁਸੀਂ ਰਿਕਾਰਡ ਮੰਗ ਰਹੇ ਹੋ, ਬਾਰ ਬਾਰ ਇੱਕੋ ਹੀ ਗੱਲ ਆ, ਉੱਥੇ ਆ ਕੇ ਫਿਰ 2 ਮਹੀਨੇ ਦਾ ਫਿਰ ਟਾਈਮ ਲੈ ਜਾਂਦੇ ਆ। ਮਤਲਬ 20 ਸਾਲਾਂ ਤੋਂ ਦੋ ਦੋ ਮਹੀਨੇ ਕਰਕੇ 20 ਸਾਲ ਟਪਾਤੇ? ਹਾਂ 20 ਸਾਲ ਟਪਾਤੇ ਜੀ। ਉਹੀ ਕੇਸ ਆ, ਉਹੀ ਗੱਲ ਆ, ਉਹੀ ਰਾਮ ਆ, ਉਹੀ ਕਹਾਣੀ ਆ। ਇਹਨੂੰ ਪਤਾ ਨੀ ਕਿਉਂ ਤੋੜ ਮਰੋੜ ਕਰੀ ਜਾਂਦਾ, ਮੈਨੂੰ ਤਾਂ ਸਮਝ ਨਹੀਂ ਆ ਰਹੀ ਜੀ। ਗੱਲਬਾਤ ਕਰਨ ਲਈ ਸ਼ੁਕਰੀਆ, ਤੇ ਤੁਹਾਡੀ ਆਵਾਜ਼ ਜ਼ਰੂਰ ਸਰਕਾਰ ਤੱਕ ਪਹੁੰਚੂਗੀ। ਠੀਕ ਆ ਸਰ, ਮੈਂ A1 ਮੀਡੀਆ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ।